ਇਸ ਦੁਨੀਆ ਵਿੱਚ ਇਨਸਾਨਾਂ ਦੀ ਜ਼ਿੰਦਗੀ ਵਿੱਚ ਜਿੰਨੀਆਂ ਖੁਸ਼ੀਆਂ ਆਉਂਦੀਆਂ ਹਨ, ਕਦੀ-ਕਦੀ ਉਸ ਤੋਂ ਜ਼ਿਆਦਾ ਦੁੱਖ ਵੀ ਆਉਂਦੇ ਹਨ, ਕਿਉਂਕਿ ਹਰ ਇੱਕ ਇਨਸਾਨ ਨੂੰ ਆਪਣੀ ਜ਼ਿੰਦਗੀ ਵਿੱਚ ਇਹਨਾਂ ਦੋਵਾਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਕਦੀ-ਕਦੀ ਇਨਸਾਨ ਆਪਣੀ ਜ਼ਿੰਦਗੀ ਵਿੱਚ ਹੋਈਆਂ ਅਜਿਹੀਆਂ ਘਟਨਾਵਾਂ ਤੋਂ ਇੰਨਾ ਦੁਖੀ ਹੋ ਜਾਂਦਾ ਹੈ ਕਿ ਉਹ ਹਮੇਸ਼ਾ ਦੇ ਲਈ ਅੰਦਰੋਂ ਟੁੱਟ ਜਾਂਦਾ ਹੈ। ਸਾਡੀ ਅੱਜ ਦੀ ਇਹ ਵੀਡੀਓ ਅਜਿਹੀ ਹੀ ਇੱਕ ਸੱਚੀ ਅਤੇ ਅਨੋਖੀ ਘਟਨਾ ਉੱਤੇ ਆਧਾਰਿਤ ਹੈ। ਚਲੋ ਗੱਲ ਕਰਦੇ ਹਾਂ ਅੱਜ ਦੀ ਇਸ ਵੀਡੀਓ ਦੇ ਬਾਰੇ 'ਚ। ਕਪੂਰਥਲਾ ਦੇ ਵਿੱਚ ਇੱਕ ਸਿੱਖ ਪਰਿਵਾਰ ਰਹਿੰਦਾ ਸੀ ਜੋ ਕਿ ਬਹੁਤ ਹੀ ਵਧੀਆ ਅਤੇ ਸੁਖੀ ਜ਼ਿੰਦਗੀ ਬਿਤਾ ਰਿਹਾ ਸੀ। ਉਸ ਪਰਿਵਾਰ ਦਾ ਹਰ ਇੱਕ ਜੀਅ ਬਹੁਤ ਹੀ ਹਸਮੁੱਖ ਸੀ ਅਤੇ ਹਮੇਸ਼ਾ ਹਰ ਇੱਕ ਨੂੰ ਖਿੜੇ ਮੱਥੇ ਮਿਲਦਾ ਸੀ। ਹਰ ਇੱਕ ਜੀਅ ਦਾ ਦਿਲ ਬਹੁਤ ਹੀ ਦਿਆਲੂ ਸੀ। ਉਸ ਪਰਿਵਾਰ ਦੇ ਵੱਡੇ ਬੇਟੇ ਦਾ ਵਿਆਹ ਲਗਭਗ 2 ਸਾਲ ਪਹਿਲਾਂ ਹੋ ਚੁੱਕਾ ਸੀ ਅਤੇ 2 ਸਾਲ ਬਾਅਦ ਉਸ ਪਰਿਵਾਰ ਦੇ ਵਿੱਚ ਇੱਕ ਬਹੁਤ ਹੀ ਵੱਡੀ ਖੁਸ਼ੀ ਆਈ, ਜਿਸ ਦੇ ਨਾਲ ਉਸ ਪਰਿਵਾਰ ਦੀਆਂ ਖੁਸ਼ੀਆਂ ਨੂੰ 4 ਚੰਦ ਲੱਗ ਗਏ। ਪਰ ਮੰਦਭਾਗੀ ਇਹ ਖੁਸ਼ੀ ਬਹੁਤਾ ਸਮਾਂ ਉਸ ਪਰਿਵਾਰ ਵਿੱਚ ਨਾ ਟਿਕ ਸਕੀ। ਦਰਅਸਲ ਉਸ ਪਰਿਵਾਰ ਦੀ ਵੱਡੀ ਨੂੰਹ ਦੇ ਘਰ ਇੱਕ ਬੇਟੇ ਨੇ ਜਨਮ ਲਿਆ, ਜਿਸ ਦੇ ਨਾਲ ਪਰਿਵਾਰ ਦਾ ਹਰ ਇੱਕ ਜੀਅ ਬਹੁਤ ਖੁਸ਼ ਸੀ। ਉਸੇ ਦਿਨ ਉਸ ਪਰਿਵਾਰ ਨੇ ਸਾਰੇ ਰਿਸ਼ਤੇਦਾਰਾਂ ਦੇ ਵਿੱਚ ਮਠਿਆਈਆਂ ਵੰਡ ਦਿੱਤੀਆਂ। ਹਰ ਕੋਈ ਉਹਨਾਂ ਨੂੰ ਬੇਟੇ ਦੇ ਜਨਮ ਦੀਆਂ ਵਧਾਈਆਂ ਦੇ ਰਿਹਾ ਸੀ, ਪਰ ਉਸ ਬੱਚੇ ਦੀ ਸਿਹਤ ਕਮਜ਼ੋਰ ਸੀ, ਜਿਸ ਦੇ ਕਰਕੇ ਸ਼ਾਮ ਨੂੰ ਉਸ ਦੀ ਸਿਹਤ ਖਰਾਬ ਹੋਣ ਲੱਗ ਪਈ। ਡਾਕਟਰਾਂ ਨੇ ਕਿਹਾ ਕਿ ਇਸ ਬੱਚੇ ਨੂੰ ਵੈਂਟੀਲੇਟਰ ਦੇ ਵਿੱਚ ਰੱਖਣਾ ਪਵੇਗਾ, ਜਿਸ ਦੇ ਕਰਕੇ ਉਸ ਪਰਿਵਾਰ ਵਿੱਚ ਟੈਨਸ਼ਨ ਦਾ ਮਾਹੌਲ ਬਣ ਗਿਆ। ਪਰ ਬੱਚੇ ਨੂੰ ਤਾਂ ਹੁਣ ਵੈਂਟੀਲੇਟਰ ਦੇ ਵਿੱਚ ਰੱਖਣਾ ਹੀ ਪੈਣਾ ਸੀ। ਡਾਕਟਰ ਉਸ ਬੱਚੇ ਨੂੰ ਲੈ ਗਏ। ਘੱਟੋ ਘੱਟ 2 ਦਿਨ ਉਸ ਬੱਚੇ ਨੂੰ ਵੈਂਟੀਲੇਟਰ ਮਸ਼ੀਨ ਦੇ ਵਿੱਚ ਰੱਖਿਆ ਗਿਆ ਅਤੇ 2 ਦਿਨ ਉਹ ਪਰਿਵਾਰ ਦਿਨ ਰਾਤ ਟੈਨਸ਼ਨ ਦੇ ਵਿੱਚ ਰਿਹਾ ਅਤੇ 3ਜੇ ਦਿਨ ਸਵੇਰੇ 4 ਵਜੇ ਮੰਦਭਾਗੀ ਉਸ ਬੱਚੇ ਦੀ ਮੌਤ ਹੋ ਗਈ, ਜਿਸ ਦੇ ਨਾਲ ਉਸ ਬੱਚੇ ਦੇ ਪਰਿਵਾਰ ਨੂੰ ਬਹੁਤ ਜ਼ਿਆਦਾ ਸਦਮਾ ਲੱਗਿਆ। ਉਹਨਾਂ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਉਹਨਾਂ ਦੇ ਨਾਲ ਇਹ ਸਭ ਕੀ ਹੋ ਰਿਹਾ ਹੈ। ਪੂਰੇ ਪਰਿਵਾਰ ਦੇ ਵਿੱਚ ਮਾਤਮ ਛਾ ਗਿਆ ਅਤੇ ਬੱਚੇ ਦੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ। ਪਰ ਹੁਣ ਕੀ ਕੀਤਾ ਜਾ ਸਕਦਾ ਸੀ? ਪੂਰਾ ਪਰਿਵਾਰ ਉਸ ਬੱਚੇ ਅਤੇ ਉਸ ਦੀ ਮਾਂ ਨੂੰ ਲੈ ਕੇ ਘਰ ਚਲੇ ਗਏ। ਹੁਣ ਉਹਨਾਂ ਦੀਆਂ ਖੁਸ਼ੀਆਂ ਨੂੰ ਬੁਰੀ ਨਜ਼ਰ ਲੱਗ ਚੁੱਕੀ ਸੀ, ਜਿਸ ਨੇ ਹੱਸਦੇ ਵਾਸਤੇ ਪਰਿਵਾਰ ਦੀਆਂ ਖੁਸ਼ੀਆਂ ਖੋ ਲਈਆਂ। ਘਰ ਜਾਂਦਿਆਂ ਨੂੰ ਸਾਰੇ ਸਾਕ ਸੰਬੰਧੀ ਇਸ ਦੁੱਖ ਦੇ ਮੌਕੇ ਤੇ ਇਕੱਠੇ ਹੋਏ ਸਨ। ਇਸ ਤੋਂ ਬਾਅਦ ਉਸ ਬੱਚੇ ਨੂੰ ਘਰ ਦੇ ਵਿਹੜੇ ਵਿੱਚ ਦਫਨਾ ਦਿੱਤਾ ਗਿਆ। ਹੁਣ ਤਾਂ ਉਸ ਬੱਚੇ ਦੀ ਮਾਂ ਦਾ ਰੋ ਰੋ ਕੇ ਪਾਗਲ ਹੋ ਚੁੱਕੀ ਸੀ। ਪੂਰੇ ਪਰਿਵਾਰ ਨੇ ਉਸ ਨੂੰ ਬਹੁਤ ਹੌਸਲਾ ਦਿੱਤਾ, ਪਰ ਉਸ ਦੇ ਦਿਲ ਨੂੰ ਕੋਈ ਤਸੱਲੀ ਨਹੀਂ ਸੀ ਮਿਲ ਰਹੀ। ਉਹ ਹਰ ਵੇਲੇ ਉਸੇ ਜਗ੍ਹਾ ਵੱਲ ਦੇਖਦੀ ਰਹਿੰਦੀ ਸੀ ਜਿਸ ਜਗ੍ਹਾ ਉੱਤੇ ਉਸ ਦੇ ਬੇਟੇ ਨੂੰ ਦਫਨਾਇਆ ਗਿਆ ਸੀ। ਉਹ ਜਦੋਂ ਵੀ ਰਾਤ ਨੂੰ ਸੌਂਦੀ ਸੀ ਤਾਂ ਉਸਨੂੰ ਆਪਣੇ ਬੱਚੇ ਦੇ ਰੋਣ ਦੀ ਆਵਾਜ਼ ਆਉਂਦੀ ਸੀ। ਜਦੋਂ ਉਸਨੇ ਆਪਣੇ ਪਤੀ ਨੂੰ ਦੱਸਿਆ ਕਿ ਮੈਨੂੰ ਮੇਰੇ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦੇ ਰਹੀ ਹੈ ਤਾਂ ਉਸਨੇ ਸੋਚਿਆ ਕਿ ਸ਼ਾਇਦ ਇਸ ਨੂੰ ਭੁਲੇਖਾ ਪੈ ਰਿਹਾ ਹੋਵੇ, ਕਿਉਂਕਿ ਇਸ ਨੂੰ ਵੱਡਾ ਸਦਮਾ ਲੱਗਾ ਹੈ। ਪਰ ਉਸਨੂੰ ਰਾਤ ਨੂੰ ਆਪਣੇ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ ਸੀ। ਉਹ ਆਪਣੇ ਪੂਰੇ ਪਰਿਵਾਰ ਨੂੰ ਕਹਿੰਦੀ ਕਿ ਮੇਰਾ ਬੇਟਾ ਜ਼ਿੰਦਾ ਹੈ, ਮੈਨੂੰ ਉਸ ਦੇ ਰੋਣ ਦੀਆਂ ਆਵਾਜ਼ਾਂ ਸੁਣਦੀਆਂ ਹਨ। ਪਰ ਉਹ ਪਰਿਵਾਰ ਸੋਚਦਾ ਸੀ ਕਿ ਸਦਮੇ ਦੇ ਨਾਲ ਇਹ ਪਾਗਲ ਹੋ ਚੁੱਕੀ ਹੈ ਜੋ ਇਸ ਤਰ੍ਹਾਂ ਦੀਆਂ ਗੱਲਾਂ ਕਰਦੀ ਹੈ। ਫਿਰ ਉਹਨਾਂ ਨੇ ਸੋਚਿਆ ਕਿ ਕਿਤੇ ਉਹ ਜ਼ਿਆਦਾ ਪਾਗਲ ਨਾ ਹੋ ਜਾਵੇ। ਇਸ ਕਰਕੇ ਉਹਨਾਂ ਨੇ ਸਲਾਹ ਕੀਤੀ ਕਿ ਅਸੀਂ ਇਸ ਨੂੰ ਇਸ ਦਾ ਬੱਚਾ ਜ਼ਮੀਨ ਪੁੱਟ ਕੇ ਦਿਖਾ ਦਿੰਦੇ ਹਾਂ, ਜਿਸ ਦੇ ਨਾਲ ਇਸ ਦੇ ਦਿਲ ਨੂੰ ਤਸੱਲੀ ਮਿਲ ਜਾਵੇਗੀ ਕਿ ਵਾਕਿਆ ਹੀ ਇਸ ਦੇ ਬੱਚੇ ਦੀ ਡੈਥ ਹੋ ਚੁੱਕੀ ਹੈ। ਉਹਨਾਂ ਨੇ ਇਸੇ ਤਰ੍ਹਾਂ ਹੀ ਕੀਤਾ। ਉਹਨਾਂ ਨੇ ਉਸ ਨੂੰ ਉਸ ਦੇ ਬੇਟੇ ਨੂੰ ਦਿਖਾਉਣ ਦੇ ਲਈ ਜ਼ਮੀਨ ਪੁੱਟਣੀ ਸ਼ੁਰੂ ਕਰ ਦਿੱਤੀ। ਜਦੋਂ ਉਹ ਜ਼ਮੀਨ ਪੁੱਟ ਰਹੇ ਸਨ ਤਾਂ ਅਚਾਨਕ ਉਸ ਵਿਚਲੀ ਮਿੱਟੀ ਹਿੱਲਣ ਲੱਗ ਪਈ, ਜਿਸ ਨੂੰ ਦੇਖ ਕੇ ਸਾਰੇ ਹੈਰਾਨ ਹੋ ਗਏ। ਜਦੋਂ ਪੂਰੀ ਜ਼ਮੀਨ ਪੁੱਟੀ ਗਈ ਤਾਂ ਪੂਰੇ ਪਰਿਵਾਰ ਦੀਆਂ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਗਈਆਂ, ਕਿਉਂਕਿ ਉਸ ਬੱਚੇ ਦੀਆਂ ਅੱਖਾਂ ਖੁੱਲ੍ਹੀਆਂ ਹੋਈਆਂ ਸਨ ਅਤੇ ਉਹ ਆਪਣੀਆਂ ਲੱਤਾਂ ਅਤੇ ਬਾਹਾਂ ਹਿਲਾ ਰਿਹਾ ਸੀ, ਜਿਸ ਨੂੰ ਦੇਖ ਕੇ ਸਾਰਾ ਪਰਿਵਾਰ ਖੁਸ਼ੀ ਵਿੱਚ ਪਾਗਲ ਹੋ ਗਿਆ ਅਤੇ ਉਸ ਬੱਚੇ ਦੀ ਮਾਂ ਨੇ ਛੇਤੀ ਨਾਲ ਆਪਣੇ ਬੱਚੇ ਨੂੰ ਚੁੱਕ ਲਿਆ। ਸਾਰੇ ਗੁਆਂਢੀ ਅਤੇ ਰਿਸ਼ਤੇਦਾਰ, ਜਿਨ੍ਹਾਂ ਨੂੰ ਵੀ ਇਸ ਦੇ ਬਾਰੇ ਵਿੱਚ ਪਤਾ ਲੱਗਦਾ ਸੀ, ਸਾਰੇ ਉਸ ਬੱਚੇ ਨੂੰ ਦੇਖਣ ਦੇ ਲਈ ਆਉਂਦੇ ਸਨ। ਪੂਰੇ ਘਰ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ ਅਤੇ ਹਰ ਕੋਈ ਬਹੁਤ ਖੁਸ਼ ਸੀ ਕਿ ਉਸ ਪਰਮਾਤਮਾ ਨੇ ਉਹਨਾਂ ਨੂੰ ਉਸ ਪਰਿਵਾਰ ਦਾ ਵਾਰਿਸ ਮੋੜ ਦਿੱਤਾ ਹੈ। ਧੰਨਵਾਦ।